ਦਿੱਲੀ ਏਅਰਪੋਰਟ ਤੇ ਟੀਮ ਇੰਡੀਆ ਦਾ ਗ੍ਰੈਂਡ ਵੈਲਕਮ। T20 ਵਰਲਡ ਕੱਪ ਜਿੱਤ ਕੇ ਦੇਸ਼ ਪਰਤੀ ਟੀਮ ਇੰਡੀਆ। ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਕੀਤਾ ਗਿਆ ਸ਼ਾਨਦਾਰ ਸਵਾਗਤ। ਟੀਮ ਇੰਡੀਆ ਦਿੱਲੀ ਏਅਰਪੋਰਟ ਦੇ ਉੱਤੇ ਪਹੁੰਚੀ ਹੈ ਤੇ ਲੋਕਾਂ ਦੇ ਵੱਲੋਂ, ਸਟਾਫ ਦੇ ਵੱਲੋਂ ਗ੍ਰੈਂਡ ਵੈਲਕਮ ਕੀਤਾ ਗਿਆ। ਇਹ ਤਾਂ ਦੱਸ ਦਈਏ ਕਿ ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਜਿਹੜਾ ਸ਼ਾਨਦਾਰ ਸਵਾਗਤ ਦਾ ਇੰਤਜ਼ਾਮ ਕੀਤਾ ਗਿਆ। ਇਸ ਮੌਕੇ ਜਦੋਂ ਏਅਰਪੋਰਟ ਦੇ ਉੱਤੇ ਟੀਮ ਇੰਡੀਆ ਪਹੁੰਚੀ ਹੈ ਤਾਂ ਕੇਕ ਕੱਟ ਕੇ ਖੁਸ਼ੀ ਮਨਾਈ ਗਈ ਹੈ, ਕੇਕ ਤਿਆਰ ਕਰਵਾਇਆ ਗਿਆ। ਟਰੋਫੀ ਵਾਲਾ ਕੇਕ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੋਫੀ ਵਾਲਾ ਕੇਕ ਹੈ ਜਿਹੜਾ, ਉਹ ਇੱਕ ਬੈਸਟ ਸ਼ੈੱਫ ਦੇ ਦੁਆਰਾ ਤਿਆਰ ਕੀਤਾ ਜਾਂਦਾ ਹੈ ਅਤੇ ਜਿਸ ਨੂੰ ਟੀਮ ਇੰਡੀਆ ਦੇ ਸਟਾਫ ਦੇ ਵੱਲੋਂ, ਟੀਮ ਦੇ ਵੱਲੋਂ ਕੱਟਿਆ ਜਾਂਦਾ ਹੈ। ਤਾਂ ਦੱਸ ਦਈਏ ਕਿ ਬੇਹੱਦ ਹੀ ਖੁਸ਼ੀ ਦਾ ਪਲ ਹੈ ਜਦੋਂ ਟੀਮ ਇੰਡੀਆ T20 ਵਰਲਡ ਕੱਪ ਜਿੱਤ ਕੇ ਦੇਸ਼ ਪਰਤੀ ਹੈ। ਅਤੇ ਦੱਸ ਦਈਏ ਕਿ ਸਵੇਰੇ 11 ਵਜੇ PM ਮੋਦੀ ਨਾਲ ਮੁਲਾਕਾਤ ਹੋਵੇਗੀ ਅਤੇ ਸ਼ਾਮ ਨੂੰ ਮੁੰਬਈ ਦੇ ਵਿੱਚ ਟੀਮ ਇੰਡੀਆ ਦਾ ਵਿਕਟਰੀ ਮਾਰਚ ਹੋਵੇਗਾ ਅਤੇ ਉਸ ਤੋਂ ਪਹਿਲਾਂ ਹੋਟਲ ਦੇ ਵਿੱਚ ਜਾਣ ਦੇ ਲਈ ਜਦੋਂ ਰਵਾਨਾ ਹੁੰਦੀ ਹੈ ਤਾਂ ਹੋਟਲ ਦੇ ਬਾਹਰ ਪਹੁੰਚ ਕੇ ਦੱਸ ਦਈਏ ਕਿ ਸ਼ਾਨਦਾਰ ਸਵਾਗਤ ਹੋਇਆ ਹੈ। ਢੋਲ ਨਗਾੜੇ ਵੱਜੇ ਨੇ ਅਤੇ ਢੋਲ ਦੇ ਉੱਤੇ ਨੱਚਦੇ ਹੋਏ ਸੂਰਿਆ ਕੁਮਾਰ ਯਾਦਵ ਨੂੰ ਤੁਸੀਂ ਦੇਖ ਸਕਦੇ ਹੋ। ਕਿਸ ਤਰੀਕੇ ਦੇ ਨਾਲ ਖੁਸ਼ੀ ਹੈ ਜਿਹੜੀ ਭੰਗੜਾ ਪਾਇਆ ਜਾ ਰਿਹਾ ਉਹਨਾਂ ਦੇ ਵੱਲੋਂ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ। ਬੇਹੱਦ ਹੀ ਖੂਬਸੂਰਤ ਤਸਵੀਰਾਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ। ਟੀਮ ਇੰਡੀਆ ਦਾ ਗ੍ਰੈਂਡ ਵੈਲਕਮ ਹੋਇਆ ਹੈ। ਵਰਲਡ ਚੈਂਪੀਅਨਸ ਜਿਹੜੇ ਕਿ T20 ਦਾ ਵਰਲਡ ਕੱਪ ਜਿੱਤ ਕੇ ਇੰਡੀਆ ਆਪਣੇ ਦੇਸ਼ ਪਰਤੇ ਨੇ, ਤਾਂ ਬੇਹੱਦ ਹੀ ਖੁਸ਼ੀ ਵਾਲੇ ਪਲ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਰ ਇੱਕ ਦੇ ਚਿਹਰੇ ਦੇ ਉੱਤੇ ਖੁਸ਼ੀ ਹੈ, ਕਿਸ ਤਰੀਕੇ ਦੇ ਨਾਲ ਭੰਗੜੇ ਪਾਏ ਜਾ ਰਹੇ ਨੇ ਅਤੇ ਏਅਰਪੋਰਟ ਤੋਂ ਹੋਟਲ ਤੱਕ ਜਿਹੜਾ ਸ਼ਾਨਦਾਰ ਸਵਾਗਤ ਹੈ ਉਹ ਕੀਤਾ ਗਿਆ ਹੈ ਅਤੇ ਹੁਣ 11 ਵਜੇ PM ਦੇ ਨਾਲ ਮੁਲਾਕਾਤ ਹੋਵੇਗੀ। ਦੱਸ ਦਈਏ ਕਿ ਸ਼ਾਮ ਨੂੰ ਟੀਮ ਇੰਡੀਆ ਦਾ ਵਿਕਟਰੀ ਮਾਰਚ ਹੋਵੇਗਾ ਅਤੇ ਸਾਰੇ ਹੀ ਟੀਮ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।